dashing, handsome Gavie Chahal is in the gym with us. And Pari, show shuru ho chuka hai Starfit, and I'm very excited. Tode na fitness jada tode routine ho jaan li. Thank you ji, main bhi pura excited ha. Aaj de zamane de vich je koi cheez zaruri hai ta oh fitness hai. ਪਹਿਲੀ ਸਭ ਤੋਂ ਪਹਿਲਾਂ ਆਪਣਾ ਬੈਗ ਖੋਲੀਏ, ਤੁਹਾਡੇ ਬੈਗ 'ਚ ਕੀ ਹੈ? ਮੈਂ ਵੀ ਦੇਖਾਂ ਕਿ ਤੁਸੀਂ ਕੀ ਕੈਰੀ ਕਰਦੇ ਹੋ ਜਿਮ ਜਾਣ ਲਈ. ਬਦਾਮ, ਅਰੇ ਵਾਹ, ਹਿੰਗ, ਅਜਵੈਣ, ਇਹ ਤੁਸੀਂ ਦੇਖ ਸਕਦੇ ਹੋ ਜੀ, ਇਹਦੇ ਵਿੱਚ ਸਾਰੇ ਤਰੀਕੇ ਦੇ ਬੀਜ ਨੇ. ਇਹ ਮੇਰਾ ਸਪਲੀਮੈਂਟ ਹੈਗਾ, ਵੇ ਪ੍ਰੋਟੀਨ ਹੈ ਜੀ. ਹਫ਼ਤੇ 'ਚ ਕਿੰਨੇ ਕੁ ਦਿਨ ਜਿਮ ਕਰਦੇ ਹੋ ਅਤੇ ਕਿੰਨੇ ਘੰਟੇ ਕਰਦੇ ਹੋ ਭਾਜੀ? ਹੁੰਦਾ ਟਾਰਗੇਟ 2 ਘੰਟੇ. ਕਈ ਬੋਡੀ ਬਿਲਡਰ ਇੱਦਾਂ ਕਰਦੇ ਆ, ਕਈ ਫਿਟਨੈਸ ਫਰੀਕ ਇੱਦਾਂ ਕਰਦੇ ਕਿ ਹਾਂ ਸੋਮਵਾਰ ਦੀ ਟੈਸਟ ਲਗਾ ਲਈਏ, ਮੰਗਲਵਾਰ ਬਾਈਸੈਪਸ ਲਗਾ ਲਿਆ ਕੁਛ. ਤੁਹਾਡਾ ਕੀ ਰੂਟੀਨ ਬਣਿਆ ਬੇਸਿਕਲੀ? ਜਿਵੇਂ ਬੇਸਿਕ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਚੈਸਟ ਦੇ ਨਾਲ ਆਪਾਂ ਕਈ ਟ੍ਰਾਈਸੈਪਸ ਲਾ ਲੈਂਦੇ ਆ, ਸੋ ਕਈ ਬਾਈਸੈਪਸ ਅਤੇ ਬੈਕ ਦਾ ਕੋਂਬੀਨੇਸ਼ਨ ਬਣਾਉਂਦੇ ਆ, ਲੈਗਸ ਅਤੇ ਸ਼ੋਲਡਰ ਦਾ ਬਣਾਉਂਦੇ ਆ. ਸੋ ਇਸ ਤਰੀਕੇ 3 ਦਿਨ ਦਾ 4th ਦਿਨ ਕਾਰਡੀਓ, 5ਵੇਂ ਦਿਨ ਐਬਸ, 6ਵੇਂ ਦਿਨ ਰੈਸਟ. ਆਪਾਂ ਹੁਣੇ ਚੱਲਾਂਗੇ, ਮੈਂ ਤੁਹਾਨੂੰ 15-20 ਮਿੰਟ ਕਰਵਾਊਂਗਾ ਐਕਸਰਸਾਈਜ਼. ਆਈ ਐਮ ਸ਼ੋਰ ਜੇ ਤੁਸੀਂ ਫੁੱਲ ਡੈਡੀਕੇਸ਼ਨ ਦੇ ਨਾਲ ਉਹ 15-20 ਮਿੰਟ ਲਾ ਲਏ, ਬਹੁਤ ਨੇ ਜੀ, 2 ਘੰਟਿਆਂ ਨੂੰ ਵੀ ਮਾਤ ਦੇ ਦੇਣਗੇ. ਸਟ੍ਰੈਚਿੰਗ ਕਰਨੀ ਨਾ ਭੁੱਲਿਓ. ਹਾਂ ਹਾਂ. ਸੋ ਜਿਹੜੀਆਂ ਬੇਸਿਕ ਆਪਣੀਆਂ ਸਟ੍ਰੈਚਿੰਗ ਹੈਗੀਆਂ ਨੇ, ਇਹ ਲਾਈਕ ਵੀ ਤੁਹਾਨੂੰ ਕੋਈ ਉੱਤੋਂ ਖਿੱਚ ਰਿਹਾ ਪੂਰਾ ਬੋਡੀ ਨੂੰ, ਵੀ ਜਿਵੇਂ ਕਹਿੰਦੇ ਨਾ ਬੰਦਾ ਹੁੱਕ ਤੇ ਉੱਤੇ ਟੰਗਿਆ ਹੋਇਆ, ਪੱਖਾ ਟੰਗਿਆ ਹੁੰਦਾ ਨਾ, ਪੱਖਾ ਟੰਗਿਆ ਹੁੰਦਾ. ਸੋ ਪੂਰੀ ਬੋਡੀ ਆਪਣੀ ਉਹ ਕਰ ਲਓ ਥੱਲੇ. ਇਹ ਬੇਸਿਕਲੀ ਆ ਤੁਹਾਡਾ ਹੈਂਡ ਸਪ੍ਰਿੰਗ ਜਿਹੜਾ ਹੈ, ਇਹ ਉਹ ਹੋਣਾ ਚਾਹੀਦਾ, ਖਿੱਚਿਆ ਜਾਣਾ ਚਾਹੀਦਾ. ਜੇ ਥਾਈਸ ਦੇ ਲਈ ਕਰਨੀ ਹੈ ਤਾਂ ਇਹ ਆਪਣਾ ਇੱਕ ਸਕੁਐਟ ਮਾਰ ਲਿਆ, ਜੰਪ, ਇਹ ਤੁਸੀਂ 20 ਮਿੰਟ ਕਰ ਜਿਓ, ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ. 2-3 ਚੀਜ਼ਾਂ ਨੇ, ਥੈਰਾਬੈਂਡ ਆਈ ਥਿੰਕ ਸਾਰੇ ਰੱਖਦੇ ਨੇ, ਸੋ ਉਹਦੇ ਨਾਲ ਤੁਸੀਂ ਆਪਣਾ ਸਾਰਾ ਵਰਕਆਊਟ ਕਰ ਸਕਦੇ ਹੋ. ਅੱਛਾ, ਬੈਂਡ ਦੇ ਨਾਲ? ਬੈਂਡ ਦੇ ਨਾਲ, ਹਾਂਜੀ ਬਿਲਕੁਲ. ਉਹਨੂੰ ਤੁਸੀਂ ਪੈਰ ਥੱਲੇ ਰੱਖੋ ਤਾਂ ਯੂ ਕੈਨ ਡੂ ਯੋਰ ਬਾਈਸੈਪਸ, ਤਾਂ ਇੱਦਾਂ ਹੀ ਦੂਜੇ ਉੱਤੋਂ ਫੜ ਕੇ ਟ੍ਰਾਈਸੈਪਸ ਹੋ ਜਾਂਦੇ ਆ, ਉਹ ਕਰ ਲਓ. ਚੈਸਟ ਹੋ ਗਈ, ਬਾਕੀ ਕਾਰਡੀਓ ਦੇ ਲਈ ਆਪਣਾ ਤੁਸੀਂ ਵੈਨਿਟੀ ਦੇ ਵਿੱਚ ਖੜੇ, ਜਸਟ ਕੀਪ ਜੰਪਿੰਗ. ਸੈਟਸ ਦਾ ਕੋਂਬੀਨੇਸ਼ਨ, ਅੱਛਾ, ਜੇ ਮੈਂ ਬੈਕ ਅਤੇ ਚੈਸਟ ਹੈ ਤਾਂ ਮੈਂ ਇੱਕ ਸੈੱਟ ਲਾਉਣਾ ਚੈਸਟ ਦਾ, ਨਾਲ ਫਿਰ ਇੱਕ ਸੈੱਟ ਲਾਉਣਾ ਇਮੀਡੀਏਟ ਬੈਕ ਦਾ. ਬੈਕ ਦਾ ਇੱਕ ਸੈੱਟ ਮੈਂ ਲਾਊਂਗਾ ਚੈਸਟ ਦਾ ਅਤੇ ਨਾਲ ਇੱਕ ਬੈਕ ਦਾ. ਹੁਣ ਥੋੜ੍ਹਾ ਰੈਸਟ ਹੋ ਗਿਆ ਖੈਰ, ਪਰ ਇਹ ਕੋਂਬੀਨੇਸ਼ਨ ਆਪਣਾ ਇਹਦੇ ਨਾਲ ਆਪਣਾ ਬੈਕ ਦਾ. ਇੰਜਰੀ ਦਾ ਬਹੁਤ ਡਰ ਰਹਿੰਦਾ, ਸੋ ਵੇਟ ਉਨਾ ਕੁ ਚੱਕੋ, ਪਰ ਜਿੰਨਾ ਤੁਸੀਂ ਉਹਦੀ ਫੋਰਮ ਕਲੀਅਰ ਕਰ ਲਓਗੇ, ਉਹ ਜ਼ਰੂਰੀ ਨਹੀਂ ਵੀ ਹੈ ਕਿ ਬਹੁਤ ਹੈਵੀ ਵੇਟ ਹੋਵੇ. ਆਈ ਥਿੰਕ ਸਭ ਤੋਂ ਬੈਸਟ ਹੁੰਦਾ ਜੀ 10 ਤੋਂ 12 ਜਾਂ 13 ਰੈਪੀਟੇਸ਼ਨ ਦਾ ਉੱਤੇ. ਇਹ ਗੈਪ ਦੇਖੋ ਜੀ, ਇਹ ਮੇਰਾ ਹੱਥ ਵੀ ਨਿਕਲ ਰਿਹਾ, ਇਹ ਗੈਪ ਰੱਖਿਆ ਇਹਨਾਂ ਨੇ. ਸੋ ਆਪਣੇ ਸ਼ੋਲਡਰ ਲੈਂਥ ਦੀ ਮੋਸਟਲੀ ਗ੍ਰਿਪ ਹੁੰਦੀ ਆ ਜਿੰਨਾ ਕੁ ਤੁਹਾਡਾ ਹੈਗਾ, ਸੋ ਕਈ ਇੱਦਾਂ ਵੀ ਕਰ ਲੈਂਦੇ, ਇਹ ਵੀ ਕਰ ਲੈਂਦੇ ਜਿਹੜੀ ਤੁਹਾਨੂੰ ਗ੍ਰਿਪ ਠੀਕ ਲੱਗਦੀ ਆ, ਹੈ ਨਾ. ਸੋ ਆਪਣਾ ਜਿੰਨਾ ਫਾਰਮ ਆਉਂਗੇ ਉਹਨਾਂ ਵਧੀਆ, ਜਸਟ ਟੱਚ, ਜਸਟ ਸਕੁਈਜ਼ ਦਾ ਚੈਸਟ, ਹੈ ਨਾ.